ਮੱਤੀ ਦਾ ਅੰਜੀਲ ਉਹਦਾ 17 ਬਾਬ 1 ਤੋਂ 9 ਤੱਕ ਪ੍ਰਭੂ ਯੇਸ਼ੂ ਦਾ ਤੇਜਸਵੀ ਰੂਪ 6 ਦਿਨਾਂ ਪਿੱਛੋਂ ਯੇਸ਼ੂ ਆਪਣੇ ਨਾਲ ਪਤਰਸ ਯਾਕੂਬ ਅਤੇ ਉਸਦਾ ਭਰਾ ਯੋਹੰਨਾ ਨੂੰ ਨਾਲ ਲੈ ਕੇ ਇਕਾਂਤ ਵਿੱਚ ਉੱਚੇ ਪਹਾੜ ਉੱਤੇ ਗਏ। ਉਹਨਾਂ ਤਿੰਨਾਂ ਦੇ ਸਾਹਮਣੇ ਯੇਸ਼ੂ ਦਾ ਰੂਪ ਬਦਲ ਗਿਆ। ਯੇਸ਼ੂ ਦੇ ਮੂੰਹ ਦਾ ਰੂਪ ਸੂਰਜ ਦੀ ਤਰ੍ਹਾਂ ਚਮਕੀਲਾ ਅਤੇ ਕੱਪੜੇ ਬਿਜਲੀ ਦੀ ਤਰ੍ਹਾਂ ਚਿੱਟੇ ਹੋ ਗਏ। ਉਹਨਾਂ ਤਿੰਨਾਂ ਚੇਲਿਆਂ ਨੇ ਏਲੀਆ ਅਤੇ ਮੂਸਾ ਨੂੰ ਯੇਸ਼ੂ ਨਾਲ ਗੱਲਾਂ ਕਰਦਿਆਂ ਦੇਖਿਆ। ਇਸ ਉੱਤੇ ਪਤਰਸ ਨੇ ਯੇਸ਼ੂ ਨੂੰ ਕਿਹਾ, ਪ੍ਰਭੂ ਜੀ, ਇਹ ਬਹੁਤ ਚੰਗਾ ਹੈ ਕਿ ਅਸੀਂ ਇੱਥੇ ਹਾਂ। ਜੇਕਰ ਤੁਸੀਂ ਚਾਹੇ ਤਾਂ ਮੈਂ ਤੇ ਤਿੰਨ ਡੇਰਾ ਬਣਾਉਂਦਾ ਹਾਂ, ਇੱਕ ਤੁਹਾਡੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਆ ਲਈ। ਪਤਰਸ ਅਜੇ ਇਹ ਕਹਿ ਹੀ ਰਿਹਾ ਸੀ ਕਿ ਇੱਕ ਚਮਕੀਲਾ ਬੱਦਲ ਉਹਨਾਂ ਉੱਤੇ ਛਾ ਗਿਆ ਅਤੇ ਉਸ ਵਿੱਚੋਂ ਇੱਕ ਆਵਾਜ਼ ਆਈ, ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖੁਸ਼ ਹਾਂ, ਇਸ ਦੀ ਸੁਣੋ। ਜਦੋਂ ਚੇਲਿਆਂ ਨੇ ਇਹ ਆਵਾਜ਼ ਸੁਣੀ ਤਾਂ ਉਹ ਬਹੁਤ ਡਰ ਗਏ ਅਤੇ ਧਰਤੀ ਉੱਤੇ ਮੂੰਹ ਡਿੱਗ ਪਏ। ਪਰ ਯੇਸ਼ੂ ਉਹਨਾਂ ਕੋਲ ਆਏ ਅਤੇ ਉਹਨਾਂ ਨੂੰ ਛੂਹਿਆ ਅਤੇ ਕਿਹਾ, ਉਠੋ, ਡਰੋ ਨਹੀਂ। ਇਹ ਸੁਣ ਕੇ ਤਿੰਨਾਂ ਚੇਲਿਆਂ ਨੇ ਉੱਪਰ ਦੇਖਿਆ ਤਾਂ ਇਹ ਉੱਥੋਂ ਯੇਸ਼ੂ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਦੇਖਿਆ। ਜਦੋਂ ਪਹਾੜ ਤੋਂ ਉਤਰ ਰਹੇ ਸਨ ਤਾਂ ਯੇਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ, ਕਿਸੇ ਨੂੰ ਇਸ ਦਰਸ਼ਨ ਦੇ ਬਾਰੇ ਕੁਛ ਨਾ ਦੱਸਣਾ, ਜਦੋਂ ਤੱਕ ਕਿ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਜੀ ਨਾ ਉੱਠੇ। ਇਹ ਪ੍ਰਭੂ ਦੀ ਪਵਿੱਤਰ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਪ੍ਰਭੂ ਯੇਸ਼ੂ ਮਸੀਹ ਵਿੱਚ ਮੇਰੇ ਬਹੁਤ ਹੀ ਪਿਆਰੇ ਭਰਾਓ, ਭੈਣੋ ਅਤੇ ਬੱਚਿਓ, ਅੱਜ ਅਸੀਂ ਤਮਾਮ ਕਲੀਸੀ ਦੇ ਨਾਲ ਮਿਲ ਕੇ ਪ੍ਰਭੂ ਯੇਸ਼ੂ ਮਸੀਹ ਦਾ ਰੂਪਾਂਤਰਣ ਦਾ ਤਿਉਹਾਰ ਮਨਾ ਰਹੀ ਹੈ, ਦ ਫੀਸਟ ਆਫ ਦੀ ਟ੍ਰਾਂਸਫਿਗਰੇਸ਼ਨ ਆਫ ਆਵਰ ਲੋਰਡ। ਹਰ ਸਾਲ ਅਸੀਂ ਪ੍ਰਭੂ ਯੇਸ਼ੂ ਮਸੀਹ ਦੇ ਇਸ ਮਹਾਨ ਘਟਨਾ ਨੂੰ, ਜੋ ਪ੍ਰਭੂ ਯੇਸ਼ੂ ਦੇ ਜ਼ਿੰਦਗੀ ਦੇ ਨਾਲ ਜੁੜੇ ਹੋਏ ਇਸ ਭੇਦ ਨੂੰ ਅਸੀਂ ਮਨਾਉਂਦੇ ਨੇ, ਔਰ ਇਸ ਸਾਲ ਅਸੀਂ ਫਿਰ ਪ੍ਰਭੂ ਯੇਸ਼ੂ ਦੇ ਇਸ ਮਹਾਨ ਦਿਹਾੜੇ ਨੂੰ ਮਨਾਉਣ ਦੇ ਲਈ ਇੱਕ ਪਰਿਵਾਰ ਵਜੋਂ ਅਸੀਂ ਪ੍ਰਭੂ ਯੇਸ਼ੂ ਦੇ ਹੇਕਲ ਵਿੱਚ ਪੁੱਜੇ ਹਾਂ। ਖੁਦਾ ਬਾਪ ਦਾ ਬਹੁਤ ਦਇਆ ਹੈ ਸਾਰੇ ਸੰਸਾਰ ਦੇ ਉੱਤੇ, ਸਾਰੇ ਦੁਨੀਆਂ ਦੇ ਉੱਤੇ, ਤੁਹਾਡੇ ਉੱਤੇ, ਮੇਰੇ 'ਤੇ, ਅਸਾਂ ਸਾਰਿਆਂ ਦੇ ਉੱਤੇ ਉਹਦੀ ਦਇਆ ਹੈ, ਉਹਦੀ ਮਿਹਰ ਹੈ, ਉਹਦੀ ਕਿਰਪਾ ਹੈ। ਖੁਦਾ ਬਾਪ ਦੇ ਉਸ ਰੂਪਾਂਤਰਣ ਨੂੰ ਅਸੀਂ ਹਰ ਰੋਜ਼ ਆਪਣੇ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ, ਕਿਸ ਤਰ੍ਹਾਂ ਆਪਣੇ ਆਪ ਨੂੰ ਦੁਨੀਆਂ ਦੇ ਸਾਹਮਣੇ ਪ੍ਰਗਟ ਕਰਦੇ ਹਾਂ। ਬੇਸ਼ੱਕ ਅਸੀਂ ਇਮਾਨ ਵਿੱਚ ਕਿਉਂ ਨਾ ਪੱਕੇ ਹੋਣ, ਹਰੇਕ ਵਿਅਕਤੀ ਪ੍ਰਭੂ ਯੇਸ਼ੂ ਦੇ ਇਸ ਰੂਪਾਂਤਰਣ ਨੂੰ ਨਿੱਜੀ ਤੌਰ 'ਤੇ ਮਹਿਸੂਸ ਕਰਦੇ ਨੇ। ਜਿਵੇਂ ਕਿ ਦੁਨੀਆਂ ਵਿੱਚ ਰਹਿਣ ਵਾਲਾ ਹਰੇਕ ਇਨਸਾਨ ਆਪਣੇ ਮਾਂ ਬਾਪ, ਭੈਣ ਭਰਾ, ਸਮਾਜ ਨੂੰ ਪਿਆਰ ਕਰਨ ਦੇ ਲਈ ਕੋਸ਼ਿਸ਼ ਕਰਦੇ ਹਨ, ਔਰ ਆਪਣੇ ਆਪਣੇ ਸੋਚ ਦੇ ਮੁਤਾਬਿਕ ਦੂਜਿਆਂ ਨੂੰ ਜਾਣਨ ਦੇ ਲਈ ਮੇਲ ਮਿਲਾਪ ਵਿੱਚ, ਇੱਜ਼ਤ ਅਤੇ ਆਦਰ ਵਿੱਚ ਬਣੇ ਰਹਿੰਦੇ ਹਾਂ, ਕਿਉਂਕਿ ਸਮਾਜ ਵਿੱਚ ਹੈ, ਅਸੀਂ ਇਕੱਲੇ ਨਹੀਂ ਰਹਿ ਸਕਦਾ ਹੈ। ਸਮਾਜ ਸਾਨੂੰ ਕਈ ਪ੍ਰਕਾਰ ਦੇ ਨਿਯਮਾਂ ਸਿਖਾਉਂਦੇ ਹਨ ਤਾਂ ਕਿ ਸਾਡੀ ਜ਼ਿੰਦਗੀ ਜਿਹੜਾ ਹੈ ਬਹੁਤ ਵਧੀਆ, ਕੰਫਰਟੇਬਲ ਦੇ ਜ਼ਰੀਏ ਇਹਨੂੰ ਅਸੀਂ ਗੁਜ਼ਾਰੀਏ। ਸਗੋਂ ਅਸੀਂ ਜਦੋਂ ਆਪਣੇ ਇਹ ਦੁਨਿਆਵੀ ਜ਼ਿੰਦਗੀ ਨੂੰ ਵੇਖਦੇ ਹਾਂ, ਦੁਨੀਆ ਦੀ ਤਰ੍ਹਾਂ ਤਰ੍ਹਾਂ ਦੀ ਆਵਾਜ਼ ਨੂੰ, ਤਰ੍ਹਾਂ ਤਰ੍ਹਾਂ ਦੇ ਰੂਪਾਂਤਰਣ ਨੂੰ ਅਸੀਂ ਹਰ ਰੋਜ਼ ਵੇਖਦੇ ਹਾਂ, ਜੋ ਮੈਂ ਸਮਝਦੇ ਹਾਂ ਦੁਨੀਆ ਦੇ ਨਾਲ ਜੁੜੇ ਹੋਏ ਇੱਕ ਅਹਿਮ ਹਿੱਸਾ ਹੈ। ਜਿਵੇਂ ਕੁਦਰਤ ਦੇ ਵਿੱਚ ਬਦਲਾਵ ਲਾਉਣਾ ਇਹ ਕੁਦਰਤੀ ਨਿਯਮ ਹੈ, ਬਦਲ ਜਾਂਦੇ ਹਾਂ, ਦਿਨ ਬਦਲ ਜਾਂਦੇ ਹਾਂ, ਹਨੇਰੇ ਆ ਜਾਂਦੇ ਹਾਂ, ਮੌਸਮ ਬਦਲ ਜਾਂਦੇ ਹਾਂ, ਹਰ ਚੀਜ਼ ਦੇ ਲਈ ਸਮਾਂ ਹੈ, ਠਹਿਰੇ ਹੋਏ ਸਮਾਂ ਹੈ। ਖੁਦਾ ਦੇ ਮਰਜ਼ੀ ਦੇ ਮੁਤਾਬਿਕ ਹਰ ਸਮੇਂ, ਹਰ ਮੌਸਮ, ਹਰ ਰੁੱਤਾਂ ਉਹਦੇ ਇਸ ਤੇਜਸਵੀ ਰੂਪ ਨੂੰ ਇਹ ਦੁਨੀਆ ਦੇ ਸਾਹਮਣੇ ਪ੍ਰਗਟ ਕਰਦੇ ਹਾਂ। ਜਿਵੇਂ ਤੁਸੀਂ ਆਪ, ਮੈਂ ਸਭ ਖੁਦਾ ਦੀ ਉਸ ਮਹਾਨ ਤਸਵੀਰ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਦੇ ਹਾਂ। ਜਦੋਂ ਕਿ ਅਸੀਂ ਇਸ ਗੱਲ ਨੂੰ ਵਿਸ਼ਵਾਸ ਕਰਦੇ ਹਾਂ
ਕਿ ਖੁਦਾ ਨੇ ਇਨਸਾਨਾਂ ਨੂੰ ਆਪਣੇ ਹੀ ਰੂਪ 'ਤੇ ਆਪਣੇ ਹੀ ਸ਼ਕਲ 'ਤੇ ਬਣਾਏ ਔਰ ਉਹਨੂੰ ਜਾਣਨ ਦੇ ਲਈ, ਉਹਨੂੰ ਪਿਆਰ ਕਰਨ ਦੇ ਲਈ, ਉਹਦੀ ਸੇਵਾ ਕਰਨ ਦੇ ਲਈ ਸਾਨੂੰ ਇਸ ਦੁਨੀਆਂ ਵਿੱਚ ਘੱਲਿਆ ਹੈ। ਮੈਂ ਸਮਝਦੇ ਹਾਂ ਖੁਦਾ ਬਾਪ ਦੀ ਇਹ ਜੋ ਰੂਪਾਂਤਰਣ ਜੋ ਹੈ, ਉਸਨੇ ਦੁਨੀਆਂ ਦੇ ਨਾਲ ਸ੍ਰਿਸ਼ਟੀ ਦੇ ਕਰਤੱਵ ਦੇ ਵਿੱਚ, ਕੰਮ ਦੇ ਵਿੱਚ, ਕਾਰਜ ਦੇ ਵਿੱਚ ਸਭ ਤੋਂ ਪਹਿਲਾਂ ਦੁਨੀਆਂ ਦੇ ਸਾਹਮਣੇ ਪ੍ਰਗਟ ਕਰਾਇਆ ਹੈ। ਇਸ ਲਈ ਦੁਨੀਆਂ ਦੇ ਵਿੱਚ ਅਸੀਂ ਰਹਿੰਦੇ ਹੋਏ ਦੁਨੀਆਂ ਦੇ ਤਰ੍ਹਾਂ ਤਰ੍ਹਾਂ ਦੇ ਰੂਪਾਂਤਰ ਨੂੰ ਅਸੀਂ ਵੇਖਦੇ ਹੋਏ ਅਸੀਂ ਕੋਸ਼ਿਸ਼ ਕਰਦੇ ਹਾਂ ਦੁਨੀਆਂ ਦੇ ਵਿੱਚ ਰਹਿੰਦੇ ਹੋਏ ਪਰਿਵਰਤਨ ਲਿਆਉਣ ਦੇ ਲਈ। ਜਿਸਮਾਨੀ ਪਰਿਵਰਤਨ ਔਰ ਰੂਹਾਨੀ ਪਰਿਵਰਤਨ ਸਾਡੇ ਨਾਲ ਜ਼ਿੰਦਗੀ ਦੇ ਨਾਲ ਜੁੜੇ ਹੋਏ ਇੱਕ ਹਿੱਸਾ ਹੈ। ਨਾ ਜਾਣੇ ਅਸੀਂ ਕਦੋਂ ਇਸ ਨੂੰ ਪਹਿਚਾਣਦੇ ਹਾਂ। ਕਈ ਵਿਅਕਤੀ ਆਪਣੇ ਜ਼ਿੰਦਗੀ ਦੇ ਵਿੱਚ ਇਸ ਰੂਪਾਂਤਰ ਨੂੰ ਸਮਝਦੇ ਹਾਂ ਕਿ ਖੁਦਾ ਸਮਾਂ ਸਮਾਂ ਦੇ ਮੁਤਾਬਿਕ ਸਾਡੇ ਸਾਹਮਣੇ ਆਪਣੇ ਤੇਜਸਵੀ ਸਰੂਪ ਨੂੰ ਪ੍ਰਗਟ ਕਰਦੇ ਹਾਂ। ਜਿਵੇਂ ਅੱਜ ਦੇ ਬਾਣੀ ਦੇ ਵਿੱਚ ਅਸੀਂ ਸੁਣਿਆ ਹੈ, ਖੁਦਾ ਬਾਪ ਦੀ ਆਵਾਜ਼ ਆਈ ਕਿ ਇਹ ਮੇਰਾ ਪਿਆਰਾ ਪੁੱਤਰ ਹੈ, ਇਹ ਮੇਰਾ ਪਿਆਰਾ ਪੁੱਤਰ ਹੈ, ਇਸ ਤੋਂ ਮੈਂ ਖੁਸ਼ ਹਾਂ ਔਰ ਇਸਦੀ ਤੁਸੀਂ ਸੁਣੋ। ਹਲੇਲੂਇਆ, ਹਲੇਲੂਇਆ। ਇਹ ਖੁਦਾ ਬਾਪ ਦੀ ਆਵਾਜ਼ ਸੀ। ਖੁਦਾ ਬਾਪ ਆਪਣੇ ਪੁੱਤਰ ਤੋਂ ਖੁਸ਼ ਹੋ ਕੇ ਦੁਨੀਆਂ ਦੇ ਸਾਹਮਣੇ ਇਹ ਭੇਦ ਪ੍ਰਗਟ ਕਰਾਇਆ ਕਿ ਇਹ ਮੇਰਾ ਪਿਆਰਾ ਪੁੱਤਰ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਖੁਦਾ ਬਾਪ ਦੇ ਪਿਆਰ ਸਾਡੇ ਦੁਨੀਆਂ ਤੱਕ ਪਹੁੰਚਾਉਣ ਦੇ ਲਈ, ਤੁਹਾਡੇ ਦਿਲਾਂ ਵਿੱਚ, ਮੇਰੇ ਘਰ ਵਿੱਚ, ਮੇਰੇ ਦਿਲਾਂ ਵਿੱਚ ਪਹੁੰਚਾਉਣ ਦੇ ਲਈ ਖੁਦਾ ਬਾਪ ਨੇ ਇੱਕ ਅਜਿਹਾ ਯੋਜਨਾ, ਮੁਕਤੀਕਾਰੀ ਯੋਜਨਾ ਸਥਾਪਿਤ ਕੀਤਾ ਅਤੇ ਉਹਦੇ ਲਈ ਆਪਣੇ ਜੇਠੇ ਪੁੱਤਰ ਨੂੰ ਇਸ ਦੁਨੀਆਂ ਵਿੱਚ ਘੱਲਿਆ ਹੈ। ਖੁਦਾ ਬਾਪ ਆਪਣੇ ਇਸ ਅਧਿਕਾਰ ਨੂੰ ਸਾਡੇ ਸਾਹਮਣੇ ਪੇਸ਼ ਕਰ ਰਿਹਾ ਹੈ ਕਿ ਇਹ ਮੇਰਾ ਪੁੱਤਰ ਹੈ ਜਿਸ ਤੋਂ ਮੈਂ ਖੁਸ਼ ਹਾਂ, ਮੈਂ ਪ੍ਰਸੰਨ ਹਾਂ, ਮੈਂ ਸੰਤੁਸ਼ਟ ਹਾਂ, ਕਿਉਂਕਿ ਇਹ ਮੇਰਾ ਪਿਆਰਾ ਪੁੱਤਰ ਹੈ। ਔਰ ਖੁਦਾ ਬਾਪ ਸਾਨੂੰ ਦੱਸਦੇ ਹਾਂ ਤੁਸੀਂ ਇਸ ਦੀ ਸੁਣੋ, ਲਿਸਨ ਟੂ ਹਿਮ। ਅੱਜ ਦੇ ਦੁਨੀਆਂ ਦੇ ਵਿੱਚ ਹਰ ਮਾਂ ਬਾਪ, ਹਰ ਵਿਅਕਤੀ ਦੁਨੀਆਂ ਦੇ ਵਿੱਚ ਆਪਣੇ ਕਾਰਜ ਦੇ ਲਈ, ਆਪਣੇ ਜੀਵਨ ਬਣਾਉਣ ਵਿੱਚ, ਕਾਰੋਬਾਰ ਬਣਾਉਣ ਵਿੱਚ, ਬੱਚਿਆਂ ਨੂੰ ਆਪਣੇ ਆਪਣੇ ਮੰਜ਼ਿਲ ਪਹੁੰਚਾਉਣ ਵਿੱਚ ਹਰ ਰੋਜ਼ ਮਿਹਨਤ ਕਰਦੇ ਹਾਂ, ਕੜੀ ਮਿਹਨਤ ਕਰਦੇ ਹਾਂ ਤਾਂ ਕਿ ਬੱਚੇ ਆਪਣੀ ਜ਼ਿੰਦਗੀ ਵਿੱਚ ਸੈਟਲ ਹੋ ਜਾਵੇ। ਹਰ ਮਾਂ ਬਾਪ ਆਪਣੇ ਬੱਚਿਆਂ ਦੇ ਹਰ ਸਫਲਤਾ ਵਿੱਚ ਖੁਸ਼ ਹੁੰਦੇ ਨੇ। ਪੜ੍ਹਾਈ ਦੇ ਵਿੱਚ ਜਦੋਂ ਡਾਕਟਰੀ ਦਾ ਕਿਉਂ ਨਾ ਹੋਵੇ, ਇੰਜੀਨੀਅਰਿੰਗ ਦਾ ਕਿਉਂ ਨਾ ਹੋਵੇ, ਜਾਂ ਕੋਈ ਹੋਰ ਡਿਪਾਰਟਮੈਂਟ ਵਿੱਚ ਕਿਉਂ ਨਾ ਪੜ੍ਹਾਈ ਕਰੇ, ਔਰ ਜਦੋਂ ਸਫਲਤਾ ਵਿੱਚ ਪਹੁੰਚਾਉਂਦੇ ਹਾਂ, ਮਾਂ ਬਾਪ ਆਪਣੇ ਬੱਚੇ ਤੋਂ ਖੁਸ਼ ਹੁੰਦੇ ਹਾਂ, ਪ੍ਰਸੰਨ ਹੈ ਜਿਸ ਤੋਂ ਮੈਂ ਖੁਸ਼ ਹਾਂ। ਅਸੀਂ ਵੇਖਦੇ ਹਾਂ ਹਰ ਮਾਂ ਬਾਪ ਜਦੋਂ ਵੀ ਬੱਚੇ ਪਾਸ ਹੋ ਜਾਂਦੇ ਹਾਂ, ਹਰ ਜਮਾਤ, ਜਮਾਤ ਤੋਂ ਬਾਅਦ ਜਮਾਤ, ਨੇਸਰੀ, ਐਲ ਕੇ ਜੀ, ਯੂ ਕੇ ਜੀ ਤੋਂ ਬਾਅਦ ਫਿਰ 11ਵੀਂ 12ਵੀਂ, ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਸਟੱਡੀ ਕਰਦੇ ਹਾਂ, ਮਾਂ ਬਾਪ ਹਰ ਸਾਲ ਬੱਚਿਆਂ ਤੋਂ ਖੁਸ਼ ਹੁੰਦੇ ਹਾਂ। ਇਹ ਮੇਰਾ ਪਿਆਰਾ ਪੁੱਤਰ ਹੈ, ਪੁੱਤਰੀ ਹੈ ਜਿਸ ਤੋਂ ਮੈਂ ਖੁਸ਼ ਹਾਂ। ਇਹ ਦੁਨੀਆ ਵੀ ਖੁਸ਼ਹਾਲੀ ਨੂੰ ਅਸੀਂ ਵੇਖਦੇ ਹਾਂ। ਹਰ ਮਾਂ ਬਾਪ ਦੇ ਦਿਲ ਵਿੱਚ ਇਹ ਖੁਆਇਸ਼ ਹੈ ਕਿ ਮੇਰਾ ਬੱਚੇ ਤੋਂ ਮੈਂ ਆਪ ਖੁਸ਼ ਹੋਵਾਂ, ਦੁਖੀ ਨਾ ਹੋਵਾਂ, ਕਿਉਂਕਿ ਇਹ ਮੇਰਾ ਪਿਆਰਾ ਪੁੱਤਰ ਹੈ, ਪੁੱਤਰੀ ਹੈ ਜਿਸ ਲਈ ਮੈਂ ਹਰ ਰੋਜ਼ ਮਿਹਨਤ ਕਰਦੇ ਹਾਂ, ਮੈਂ ਰਾਹ ਦਿਖਾਉਂਦੇ ਹਾਂ। ਪੁੱਤਰ ਪੁੱਤਰੀਆਂ ਨੂੰ ਮੈਂ ਰਾਹ ਦਿਖਾਉਂਦਾ ਹੈ, ਬੇਟਾ ਜਾਂ ਬੇਟੀ ਇਹ ਰਸਤਾ ਤੁਸੀਂ ਚੁਣੋ, ਇਹ ਸਫਲਤਾ ਦੀ ਰਸਤਾ ਹੈ, ਇਮਾਨਦਾਰੀ ਦਾ ਹੈ, ਵਫਾਦਾਰੀ ਦਾ ਹੈ, ਔਰ ਤੁਸੀਂ ਆਪਣੇ ਮੰਜ਼ਿਲ ਪਹੁੰਚ ਜਾਓਗੇ। ਮਿਹਨਤ ਕਰਨਾ ਪਵੇਗਾ, ਦੁੱਖ ਦਾ ਸਾਹਮਣਾ ਕਰਨਾ ਪਵੇਗਾ, ਅਜਮਾਇਸ਼ਾਂ ਦਾ ਸਾਹਮਣਾ ਕਰਨਾ ਪਵੇਗਾ, ਦੁੱਖ ਤਕਲੀਫ ਦਾ ਸਾਹਮਣਾ ਕਰਨਾ ਪਵੇਗਾ, ਤਾਂ ਇੱਕ ਦਿਨ ਜਾ ਕੇ 12-13 ਸਾਲ ਜਾ ਕੇ ਉਹ ਸਫਲਤਾ ਵਿੱਚ ਬਦਲ ਜਾਂਦੇ ਹਾਂ। ਮੈਂ ਇੱਕ ਤੁਹਾਡੇ ਸਾਹਮਣੇ ਇਹ ਸਫਲਤਾ, ਦੁਨੀਆ ਵੀ ਸਫਲਤਾ ਦੇ ਬਾਰੇ ਮੈਂ ਦੱਸਿਆ ਹੈ ਜਿਸ ਤੋਂ ਹਰੇਕ ਇਨਸਾਨ ਖੁਸ਼ ਹੁੰਦੇ ਹਾਂ। ਮੈਂ ਵੀ, ਤੁਸੀਂ ਵੀ, ਇਹ ਦੁਨੀਆ ਵਿੱਚ ਰਹਿਣ ਵਾਲੇ ਹਰੇਕ ਵਿਅਕਤੀ ਹਰੇਕ ਪਦਵੀ ਤੋਂ ਖੁਸ਼ ਹੁੰਦੇ ਹਾਂ। ਅੱਜ ਮੈਂ ਇੱਥੇ ਹਾਂ, ਕੱਲ੍ਹ ਮੈਂ ਇੱਥੇ ਹੋਣਾ ਚਾਹੁੰਦੇ ਹਾਂ, ਕਿਉਂਕਿ ਮੇਰੇ ਦਿਲ ਵਿੱਚ ਖੁਆਇਸ਼ ਹੈ, ਮੇਰੇ ਦਿਲ ਵਿੱਚ ਅਜਿਹਾ ਲੋੜ ਹੈ, ਮੇਰੇ ਬੱਚਿਆਂ ਦੇ ਲਈ, ਮੇਰੇ ਕਾਰੋਬਾਰ ਦੇ ਲਈ ਇਹ ਹੋਣਾ ਜ਼ਰੂਰੀ ਵੀ ਹੈ। ਮੈਂ ਸਮਝਦੇ ਹਾਂ ਇਹ ਹੋਣਾ ਜ਼ਰੂਰੀ ਹੈ। ਜਿਹਦੇ ਦਿਲ ਵਿੱਚ ਕੋਈ ਖੁਆਇਸ਼ ਹੀ ਨਹੀਂ, ਕੋਈ ਮੰਜ਼ਿਲ ਹੀ ਨਹੀਂ, ਕੋਈ ਸਫਲਤਾ ਹੀ ਨਹੀਂ, ਕੋਈ ਮਿਹਨਤ ਹੀ ਨਹੀਂ, ਉਹਦੇ ਵਿੱਚ ਕੋਈ ਰੂਪਾਂਤਰਣ ਨਹੀਂ ਹੁੰਦਾ ਹੈ। ਜਿਵੇਂ ਤੁਸੀਂ ਦੇਖਦੇ ਹੋ, ਜਦੋਂ ਇੱਕ ਨੰਨਾ ਸਾ ਬੱਚਾ ਜਨਮ ਲੈਂਦੇ ਹਾਂ,
ਉਹਨੂੰ ਤੁਸੀਂ ਗੋਦ ਵਿੱਚ ਲੈਂਦੇ ਹੋ, ਸਾਲ ਬਾਅਦ, ਦੋ ਸਾਲ ਬਾਅਦ, ਤਿੰਨ ਸਾਲ ਬਾਅਦ ਉਹ ਆਪ ਚੱਲਣ ਲੱਗ ਪੈਂਦੇ ਹਾਂ, ਰੂਪਾਂਤਰਨ ਹੋ ਜਾਂਦੇ ਹਾਂ, ਟ੍ਰਾਂਸਫੋਰਮੇਸ਼ਨ ਬਦਲ ਜਾਂਦੇ ਹਾਂ। ਜਿਵੇਂ ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੇ ਤੋਂ ਸਿੱਖੇ ਉਹ ਮਨੁੱਖੀ ਜੀਵਨ ਨੂੰ ਅਪਣਾਉਂਦੇ ਹਾਂ, ਤੁਹਾਨੂੰ ਬੁਲਾ ਲੈਂਦੇ ਹਾਂ, ਪਾਪਾ ਮਾਮਾ ਕਹਿ ਕੇ ਤੁਹਾਨੂੰ ਬੁਲਾਉਂਦੇ ਹਾਂ, ਕੋਈ ਨਹੀਂ ਸਿਖਾਉਂਦੇ, ਉਹ ਆਪ ਬੋਲ ਪੈਂਦੇ ਹਾਂ, ਰੂਪਾਂਤਰਨ ਹੋ ਰਿਹਾ ਹੈ। ਤੁਸੀਂ ਉਸ ਤੋਂ ਕੁਛ ਕਹਿੰਦੇ ਹਾਂ ਕਿ ਮੇਰੇ ਬੱਚੇ ਮੇਰੇ ਬੇਟੀ ਬੋਲਦੇ ਪਏ ਕੁਛ ਹਾਂ, ਕਿ ਖੁਦਾ ਦਾ ਨਾਮ ਲੈਣ ਲੱਗੇ, ਹੱਲੇਲੂਇਆ ਕਹਿਣ ਲੱਗੇ ਜਾਂ ਰੱਬ ਦਾ ਨਾਮ ਲੈਣ ਲੱਗੇ, ਤੁਸੀਂ ਕੁਛ ਹੁੰਦੇ ਹੋ, ਇਸ ਤੋਂ ਮੈਂ ਕੁਛ ਹਾਂ। ਇਹ ਇੱਕ ਦੁਨਿਆਵੀ ਇੱਕ ਤਸਵੀਰ ਹੈ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਹੈ। ਇੱਥੇ ਇੱਕ ਅਜਿਹਾ ਬਾਪ ਹੈ, ਅੱਜ ਸਾਡੇ ਸਾਹਮਣੇ ਇੱਕ ਅਜਿਹਾ ਭੇਦ ਨੂੰ ਸਾਡੇ ਸਾਹਮਣੇ ਖੋਲ੍ਹਿਆ ਹੈ ਜੋ ਅਸੀਂ ਕਦੀ ਨਹੀਂ ਦੇਖਿਆ ਹੈ, ਕਿਉਂਕਿ ਅਸੀਂ ਸਾਰੇ ਇਨਸਾਨ ਹਾਂ। ਸਾਡੇ ਵਿੱਚ ਇੱਕੋ ਹੀ ਨੇਚਰ ਹੈ ਜੋ ਇਨਸਾਨਾਂ ਦੇ ਵਿੱਚ ਹੁੰਦਾ ਹੈ, ਸਗੋਂ ਅਸੀਂ ਇੱਥੇ ਇੱਕ ਚੀਜ਼ ਨੂੰ ਅਸੀਂ ਅੱਜ ਸਾਹਮਣੇ ਵੇਖਿਆ ਹੈ, ਪ੍ਰਗਟ ਹੁੰਦੇ ਹੋਏ ਵੇਖਿਆ ਹੈ, ਜਿਹਦੇ ਵਿੱਚ ਦੋ ਤਰ੍ਹਾਂ ਦੀ ਇੱਕ ਕੁਦਰਤੀ ਸੁਭਾਵ ਹੈ ਕਿ ਖੁਦਾ ਬਾਪ ਦਾ ਬੇਟਾ ਜੋ ਹੈ ਉਹ ਇਸ ਦੁਨੀਆਂ ਵਿੱਚ ਖੁਦਾ ਅਤੇ ਇਨਸਾਨ ਬਣ ਕੇ ਅੱਜ ਸਾਡੇ ਸਾਹਮਣੇ ਪ੍ਰਗਟ ਹੋਏ ਹਾਂ। ਹਲੇਲੂਇਆ, ਹਲੇਲੂਇਆ, ਹਲੇਲੂਇਆ। ਉਹ ਇਕੱਲੇ ਖੁਦਾ ਨਹੀਂ, ਉਹ ਇਨਸਾਨ ਵੀ ਹੈ, ਉਹ ਇਕੱਲੇ ਇਨਸਾਨ ਨਹੀਂ ਸਗੋਂ ਉਹ ਖੁਦਾ ਵੀ ਹੈ। ਉਹ ਇਸ ਬਾਤ ਨੂੰ ਅੱਜ ਸਾਰੇ ਦੁਨੀਆਂ ਦੇ ਸਾਹਮਣੇ ਅੱਜ ਪ੍ਰਗਟ ਕਰਾਇਆ ਹੈ। ਕੱਲ੍ਹ ਅਸੀਂ ਜਲੰਧਰ ਵਿਖੇ ਡਾਇਸੈਸ਼ਨ ਪਾਸਟਰਲ ਕਾਉਂਸਲ ਦਾ ਮੀਟਿੰਗ ਸੀ, ਜਿਹਦੇ ਵਿੱਚ ਅੰਜੀ ਗਲਰਨ ਦੇ ਬਾਰੇ ਸਾਡੇ ਹਰਮਨ ਪਿਆਰੇ ਬਿਸ਼ਪ ਫ੍ਰਾਂਕੋ ਮੁਲਕਿਲ ਜੀ, DPC ਦੇ ਅਗਵਾਈ ਕਰਨ ਵਾਲੇ ਹਰੇਕ ਨੁਮਾਇੰਦਾ ਨੂੰ ਇਹ ਚੁਣੌਤੀ ਦਿੱਤਾ ਹੈ ਕਿ ਖੁਦਾ ਦੇ ਰਾਜ ਨੂੰ ਫੈਲਾਉਣ ਵਿੱਚ, ਖੁਦਾ ਦੇ ਲਈ ਰੂਹਾਂ ਨੂੰ ਇਕੱਠੇ ਕਰਨ ਵਿੱਚ ਤੁਸੀਂ ਦੁੱਖ ਮੁਸੀਬਤ ਨੂੰ ਅਤੇ ਨਵੇਂ ਨਵੇਂ ਲੋਕਾਂ ਨੂੰ ਖੁਦਾ ਦੇ ਪਿਆਰ ਵਿੱਚ, ਖੁਦਾ ਦੇ ਇੱਜ਼ਤ ਵਿੱਚ ਲਿਆਉਣ ਲਈ ਹਰ ਰੋਜ਼ ਮਿਹਨਤ ਕਰਨਾ ਹੈ। ਔਰ ਉਹ ਵਿਸ਼ਵਾਸ ਸਿਰਫ ਰਜਿਸਟਰਾਂ ਦੇ ਵਿੱਚ ਨਹੀਂ, ਸਗੋਂ ਪ੍ਰਭੂ ਯੇਸ਼ੂ ਮਸੀਹ ਦੇ ਮਹਾਨ ਪਿਆਰ ਦੀ ਕੁਰਬਾਨੀ ਨੂੰ ਮਨਾਉਂਦੇ ਹੋਏ ਪਾਕ ਮਾਸਤੀ ਦੇ ਕੁਰਬਾਨੀ ਦੇ ਵਿੱਚ ਤੁਸੀਂ ਉਸ ਨੂੰ ਅਨੁਭਵ ਕਰਨਾ ਹੈ। ਵਿਸ਼ਵਾਸ ਦੇ ਗਹਿਰਾਈ ਦੇ ਬਾਰੇ ਮਾਨਯੋਗ ਬਿਸ਼ਪ ਸਾਹਿਬ ਆਏ ਹੋਏ ਸਾਰੇ ਸੰਗਤ ਨੂੰ ਸਮਝਾ ਰਿਹਾ ਸੀ ਕਿ ਰੂਪਾਂਤਰਣ ਲਾਉਣਾ ਹੈ ਪ੍ਰਭੂ ਦੇ ਨਾਤੇ, ਅਸੀਂ ਸਭ ਨੂੰ ਏਕਤਾ ਵਿੱਚ ਬੰਨੇ ਲਾਉਣ ਦੇ ਲਈ, ਏਕਤਾ ਵਿੱਚ ਲਿਆਉਣ ਦੇ ਲਈ ਸਭ ਨੂੰ ਅਸੀਂ ਸਵਾਗਤ ਕਰਨਾ ਹੈ ਆਪਣੇ ਘਰਾਂ ਵਿੱਚ, ਗਿਰਜੇ ਘਰਾਂ ਵਿੱਚ, ਤਾਂ ਕਿ ਖੁਦਾ ਦਾ ਨਾਮ ਲੈ ਕੇ, ਖੁਦਾ ਤੋਂ ਸ਼ਿਫਾ ਪਾ ਕੇ, ਖੁਦਾ ਤੋਂ ਤੰਦਰੁਸਤੀ ਪਾ ਕੇ, ਖੁਦਾ ਦੇ ਮਹਿਮਾ ਦੇ ਲਈ ਉਹ ਚਲੇ ਜਾਣ। ਰੂਪਾਂਤਰਣ ਹੈ, ਬਦਲ ਜਾਂਦੇ ਹਾਂ ਜਿਵੇਂ ਸਮਾਂ ਬਦਲਦੇ ਹਾਂ। ਪ੍ਰਭੂ ਦੇ ਨਾਮ ਪਹੁੰਚਾਉਣ ਦੇ ਲਈ ਸਾਨੂੰ ਕਈ ਚੀਜ਼ਾਂ ਦੇ ਮਾਧਿਅਮ ਦਾ ਇਸਤੇਮਾਲ ਕਰਨਾ ਪੈਂਦਾ ਹੈ। ਵਿਸ਼ਵਾਸ, ਜ਼ਿੰਦਗੀ, ਸਾਕਰਮੈਂਟ, ਤਰ੍ਹਾਂ ਤਰ੍ਹਾਂ ਦੇ ਪ੍ਰਾਰਥਨਾਵਾਂ, ਕੁਰਬਾਨੀਆਂ ਸਾਨੂੰ ਪ੍ਰਭੂ ਦੇ ਰੂਪਾਂਤਰਣ ਵਿੱਚ ਸਾਡੀ ਮਦਦ ਕਰਦਾ ਹੈ। ਤੁਸੀਂ ਅਲਤਾ ਦੇ ਸਾਹਮਣੇ ਪ੍ਰਭੂ ਯੇਸ਼ੂ ਦਾ ਤੇਜਸਵੀ ਸਰੂਪ ਨੂੰ ਦੇਖਿਆ ਹੈ, ਤੇਜਸਵੀ ਸਰੂਪ ਹੈ। ਪ੍ਰਭੂ ਬਦਲ ਗਏ, ਚੇਲੇ ਡਰ ਗਏ ਕਿ ਉਹ ਕਿਸ ਤਰ੍ਹਾਂ ਦੇ ਇੱਕ ਰੂਪ ਹੈ ਜੋ ਉਹਨਾਂ ਨੇ ਕਦੀ ਦੇਖਿਆ ਹੀ ਨਹੀਂ। ਪਤਰਸ ਅਤੇ ਯਾਕੂਬ ਅਤੇ ਉਸਦਾ ਭਰਾ ਯੂਹੰਨਾ ਪ੍ਰਭੂ ਯੇਸ਼ੂ ਨੂੰ ਮਿਲੇ ਉਸ ਪਹਾੜ 'ਤੇ, ਅਤੇ ਉਹਨਾਂ ਦੇ ਸਾਹਮਣੇ ਪ੍ਰਭੂ ਯੇਸ਼ੂ ਆਪਣਾ ਜੋ ਸਰੂਪ ਹੈ, ਜੋ ਛੁਪੇ ਹੋਏ ਸਰੂਪ ਹੈ, ਖਜ਼ਾਨਾ ਹੈ, ਉਹਨਾਂ ਦੇ ਸਾਹਮਣੇ ਖੋਲ੍ਹ ਦਿੱਤਾ ਹੈ। ਅਤੇ ਪਤਰਸ ਕੀ ਬੋਲਿਆ ਹੈ? ਉਹਨਾਂ ਤਿੰਨਾਂ ਚੇਲਿਆਂ ਨੇ ਏਲਿਆਂ ਅਤੇ ਮੂਸਾ ਨੂੰ ਯੇਸ਼ੂ ਨਾਲ ਗੱਲਾਂ ਕਰਦਿਆਂ ਦੇਖਿਆ, ਅਤੇ ਇਸ ਉੱਤੇ ਪਤਰਸ ਨੇ ਯੇਸ਼ੂ ਨੂੰ ਕਿਹਾ, ਪ੍ਰਭੂ ਜੀ, ਇਹ ਬਹੁਤ ਚੰਗਾ ਹੈ ਕਿ ਅਸੀਂ ਇੱਥੇ ਹਾਂ। ਪਤਰਸ ਬੋਲ ਪਿਆ, ਪ੍ਰਭੂ ਜੀ, ਇਹ ਕਿੰਨਾ ਚੰਗਾ ਹੈ ਅਸੀਂ ਇੱਥੇ ਹਾਂ। ਪ੍ਰਭੂ ਦੇ ਹਜ਼ੂਰੀ ਨੂੰ ਮਹਿਸੂਸ ਹੁੰਦੇ ਹੋਏ ਪਤਰਸ ਦੇ ਮਨ ਵਿੱਚ ਬਹੁਤ ਖੁਸ਼ੀ ਦਾ ਲਹਿਰ ਆਏ। ਖੁਸ਼ੀ ਨਾਲ ਬੋਲ ਪਿਆ ਕਿ ਪ੍ਰਭੂ, ਕਿੰਨਾ ਚੰਗਾ ਹੈ ਕਿ ਅਸੀਂ ਇੱਥੇ ਹਾਂ। ਪ੍ਰਭੂ ਯੇਸ਼ੂ ਦੇ ਹਜ਼ੂਰੀ ਦੇ ਵਿੱਚ ਉਹ ਆਪਣੇ ਆਪ ਨੂੰ ਰੱਖਣਾ ਚਾਹੁੰਦਾ ਸੀ। ਪ੍ਰਭੂ ਜੀ, ਇਹ ਬਹੁਤ ਚੰਗਾ ਹੈ ਕਿ ਅਸੀਂ ਇੱਥੇ ਹਾਂ। ਜੇਕਰ ਤੁਸੀਂ ਚਾਹੇ ਤਾਂ ਮੈਂ ਤਿੰਨ ਡੇਰਾ ਬਣਾਉਂਦਾ ਹਾਂ। ਕੀ ਬੋਲਿਆ ਹੈ? ਜੇਕਰ ਤੁਸੀਂ ਚਾਹੇ ਤਾਂ ਮੈਂ ਤਿੰਨ ਡੇਰਾ ਬਣਾਉਂਦਾ, ਇੱਕ ਮੂਸਾ ਲਈ, ਇੱਕ ਏਲਿਆ ਲਈ, ਇੱਕ ਤੁਹਾਡੇ ਲਈ। ਪਤਰਸ ਦੇ ਮਨ ਵਿੱਚ ਉਸ ਹਾਲਤ ਨੂੰ ਜੋ ਤੇਜਸਵੀ ਸਰੂਪ ਦੇਖਿਆ ਹੈ ਉਹ ਬਦਲ ਗਏ। ਉਹ ਚਾਹੁੰਦਾ ਸੀ ਕਿ ਮੈਂ ਜੋ ਸਰੂਪ ਨੂੰ ਦੇਖਿਆ ਹੈ ਉਹ ਇੱਥੇ ਹੀ ਰਹੇ। ਪਤਰਸ ਇੱਕ ਅਜਿਹਾ ਮਾਹੌਲ ਵਿੱਚ ਪਹੁੰਚ ਗਏ, ਇੱਕ ਅਜਿਹਾ ਚੀਜ਼ ਨੂੰ ਦੇਖਿਆ ਹੈ
ਜੋ ਇਸ ਕਰਨ ਵਿੱਚ ਉਹਨੂੰ ਪ੍ਰੇਰਣਾ ਦਿੱਤਾ ਹੈ ਕਿ ਪ੍ਰਭੂ ਇਹ ਕਿੰਨਾ ਚੰਗਾ ਹੈ ਅਸੀਂ ਇੱਥੇ ਹਾਂ ਤਾਂ ਤੁਸੀਂ ਮੈਨੂੰ ਇਜਾਜ਼ ਦਿਓ ਮੈਂ ਤੁਹਾਨੂੰ ਸਾਰਿਆਂ ਮੈਂ ਇੱਥੇ ਹੀ ਰੱਖ ਲਵਾਂ ਪ੍ਰਭੂ ਯੇਸੂ ਨੇ ਇਜਾਜ਼ਤ ਨਹੀਂ ਦਿੱਤਾ ਕੁਛ ਨਹੀਂ ਬੋਲਿਆ ਪ੍ਰਭੂ ਦੇ ਜਵਾਬ ਕੀ ਸੀ ਪਤਰਸ ਅਜੇ ਇਹ ਕਹਿ ਰਿਹਾ ਸੀ ਕਿ ਇਹ ਚਮਕੀਲਾ ਬੱਦਲ ਉੱਤੋਂ ਇਹ ਆਵਾਜ਼ ਆਈ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਕੁਛ ਹਾਂ ਇਸ ਦੀ ਸੁਣੋ ਹਲੇਲੂਇਆ 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 ਪਤਰਸ ਦੇ ਲਈ ਜਵਾਬ ਪ੍ਰਭੂ ਯੇਸੂ ਮਸੀਹ ਨੇ ਨਹੀਂ ਦਿੱਤੇ ਬੱਦਲ ਤੋਂ ਆਵਾਜ਼ ਆਈ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਇਸ ਦੀ ਸੁਣੋ ਜਿਸ ਤੋਂ ਮੈਂ ਕੁਛ ਹਾਂ ਜਵਾਬ ਪ੍ਰਭੂ ਯੇਸੂ ਮਸੀਹ ਨੇ ਨਹੀਂ ਦਿੱਤਾ ਹੈ ਕਿਉਂਕਿ ਪਤਰਸ ਇੱਕ ਇਨਸਾਨ ਦੇ ਤੌਰ 'ਤੇ ਸੋਚ ਵਿਚਾਰ ਕੀਤਾ ਸੀ ਇਨਸਾਨੀਅਤ ਹੀ ਸੀ ਉਹਦੇ ਵਿੱਚ ਖੁਦਾਈ ਸੁਭਾਅ ਉਹਦੇ ਵਿੱਚ ਨਹੀਂ ਸੀ ਕਿਉਂਕਿ ਅਸੀਂ ਹਰ ਰੋਜ਼ ਅਖਬਾਰ ਪੜ੍ਹਨ ਵਾਲੇ ਹਾਂ ਟੀ ਵੀ ਦੇਖਣ ਵਾਲੇ ਹਾਂ ਸਮਾਜ ਦੇ ਤਰੱਕੀ ਨੂੰ ਦੇਖਣ ਵਾਲੇ ਹਾਂ ਯਾਨੀ ਕਿ ਜਿੱਥੇ ਮੈਂ ਖੁਸ਼ ਹਾਂ ਉੱਥੇ ਅਸੀਂ ਸਦਾ ਲਈ ਰਹਿਣਾ ਚਾਹੁੰਦੇ ਹਾਂ ਕੋਈ ਵੀ ਬਾਹਰ ਜਾਣਾ ਨਹੀਂ ਚਾਹੁੰਦੇ ਹਾਂ ਜਿਵੇਂ ਕਿ ਅੱਜ ਕੱਲ੍ਹ ਮੌਸਮ ਤੁਸੀਂ ਦੇਖ ਦਿਓ ਗਰਮੀ ਬਹੁਤ ਹੈ ਜਿੱਥੇ ਛਾਂ ਹੈ ਅਸੀਂ ਉੱਥੇ ਖੜ੍ਹੇ ਰਹਿੰਦੇ ਹਾਂ ਅਸੀਂ ਉੱਥੇ ਖੜ੍ਹੇ ਹੋ ਕੇ ਰਹਿਣਾ ਚਾਹੁੰਦੇ ਹਾਂ ਉੱਥੇ ਹੀ ਰਹਿਣਾ ਚਾਹੁੰਦੇ ਹਾਂ ਭਾਵੇਂ ਕੋਈ ਆਵੇ ਜਾਂ ਨਾ ਆਵੇ ਅਸੀਂ ਉੱਥੋਂ ਹਿੱਲਣਾ ਨਹੀਂ ਚਾਹੁੰਦੇ ਕਿਉਂਕਿ ਮੈਂ ਉਸ ਜਗ੍ਹਾ ਨੂੰ ਪਸੰਦ ਕਰਦੇ ਹਾਂ ਮੇਰੇ ਘਰ ਨੂੰ ਜਾਂ ਮੇਰੇ ਕਾਰੋਬਾਰ ਜਾਂ ਮੇਰੇ ਸਰਕਲ ਨੂੰ ਮੈਂ ਪਸੰਦ ਕਰਦਾ ਹਾਂ ਜਿੱਥੇ ਮੈਂ ਖੁਸ਼ ਹਾਂ ਔਰ ਇਹਦੇ ਵਿੱਚ ਅਸੀਂ ਰਹਿਣਾ ਪਸੰਦ ਕਰਦੇ ਹਾਂ ਜਿਵੇਂ ਮੈਂ ਵੀ ਤੁਸੀਂ ਵੀ ਹੋ ਜਿੱਥੇ ਵੀ ਸਾਨੂੰ ਕੰਫਰਟ ਨਜ਼ਰ ਆਉਂਦੇ ਹਾਂ ਮੈਂ ਉਸ ਕੰਫਰਟ ਜ਼ੋਨ ਵਿੱਚ ਹਮੇਸ਼ਾ ਰਹਿਣਾ ਪਸੰਦ ਕਰਦੇ ਹਾਂ ਕਿਉਂਕਿ ਉੱਥੇ ਕੋਈ ਦੁੱਖ ਮੁਸੀਬਤ ਨਹੀਂ ਹੈ ਮੱਤੀ ਦੇ ਅੰਜੀਲ ਦੇ ਉਹਦੇ 16 ਬਾਬ ਦੇ ਵਿੱਚ ਪ੍ਰਭੂ ਯੇਸ਼ੂ ਨੂੰ ਅਸੀਂ ਆਪਣੇ ਮੌਤ ਦੇ ਬਾਰੇ ਚੇਲਿਆਂ ਨੂੰ ਦੱਸਿਆ ਚੇਲੇ ਡਰ ਗਏ ਇਹ ਕਿਤਨਾ ਦਾ ਮੌਤ ਹੈ ਜੋ ਪ੍ਰਭੂ ਯੇਸ਼ੂ ਨੂੰ ਕਬੂਲ ਕਰਨ ਵਾਲਾ ਹੈ ਅਤੇ 17 ਬਾਬ ਵਿੱਚ ਪ੍ਰਭੂ ਯੇਸ਼ੂ ਨੇ ਉਸ ਮੌਤ ਦੇ ਬਾਰੇ ਪੂਰੀ ਤਰ੍ਹਾਂ ਉਹਨਾਂ ਦੇ ਸਾਹਮਣੇ ਪ੍ਰਗਟ ਕੀਤਾ ਹੈ ਖੁਦਾ ਬਾਪ ਦੀ ਉਸ ਯੋਜਨਾ ਨੂੰ ਅਤੇ ਅੱਜ ਵੀ ਅਸੀਂ ਵੀ ਸ਼ਾਇਦ ਪਤਰਸ ਦੀ ਤਰ੍ਹਾਂ ਪ੍ਰਭੂ ਨੂੰ ਆਪਣੇ ਹੀ ਜੀਵਨ ਵਿੱਚ ਸੀਮਤ ਰੱਖਣਾ ਚਾਹੁੰਦੇ ਹਾਂ ਕਿ ਇਹ ਕਿੰਨਾ ਚੰਗਾ ਹੈ ਕਿ ਅਸੀਂ ਸਿਰਫ ਇੱਥੇ ਹੀ ਰਹੀਏ ਡੇਰਾ ਬਣਾਈਏ ਆਪਣੇ ਲਈ ਮੈਂ ਆਪਣਾ ਡੇਰਾ ਬਣਾਵਾਂ ਇੱਕ ਤੁਹਾਡੇ ਲਈ ਇੱਕ ਮੇਰੇ ਲਈ ਜਾਂ ਮੇਰੇ ਯਾਰਾਂ ਦੋਸਤਾਂ ਲਈ ਅਸੀਂ ਇੱਥੇ ਰਹੀਏ ਇਹ ਕਿੰਨਾ ਚੰਗਾ ਹੈ ਦੂਜਾ ਆਵੇ ਜਾਂ ਨਾ ਆਵੇ ਪ੍ਰਭੂ ਦੀ ਆਵਾਜ਼ ਉਦੋਂ ਆਵੇਗਾ ਸਾਡੇ ਲਈ ਤੁਸੀਂ ਕਿਸੇ ਦੇ ਨਾਲ ਸੁਣਨਾ ਮੇਰੇ ਪਿਆਰੇ ਪੁੱਤਰ ਦੀ ਸੁਣੋ ਜਿਸ ਤੋਂ ਮੈਂ ਖੁਸ਼ ਹਾਂ ਹਲੇਲੂਇਆ 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 ਇਹ ਹੈ ਰੂਪਾਂਤਰਣ ਬਦਲ ਜਾਂਦੇ ਹਾਂ ਮੇਰੀ ਸੋਚ ਮੇਰੇ ਮਨ ਬਦਲ ਜਾਂਦੇ ਮੇਰੇ ਤਨ ਬਦਲ ਜਾਂਦੇ ਮੇਰੇ ਸੋਚ ਬਦਲ ਜਾਂਦੇ ਮੇਰੇ ਕਰਤੱਵ ਬਦਲ ਜਾਂਦੇ ਇਹਨੂੰ ਅਸੀਂ ਕਹਿੰਦੇ ਹਾਂ ਰੂਪਾਂਤਰਣ ਤੇਜਸਵੀ ਸਰੂਪ ਜੋ ਅਸੀਂ ਨਹੀਂ ਹਾਂ ਉਹ ਜਦੋਂ ਪ੍ਰਭੂ ਸਾਡੇ ਵਿੱਚ ਹੋ ਜਾਂਦੇ ਹਾਂ ਅਸੀਂ ਬਦਲ ਜਾਂਦੇ ਅਸੀਂ ਨਹੀਂ ਸਗੋਂ ਪ੍ਰਭੂ ਤੁਹਾਡੇ ਵਿੱਚ ਕੰਮ ਕਰਦੇ ਹਾਂ ਤੁਹਾਡੇ ਜ਼ਰੀਏ ਤੁਹਾਡੇ ਬੁੱਲਾਂ ਦੇ ਜ਼ਰੀਏ ਤੁਹਾਡੇ ਕੰਮਾਂ ਦੇ ਜ਼ਰੀਏ ਪ੍ਰਭੂ ਅੱਜ ਕੰਮ ਕਰਦੇ ਹਾਂ ਇਹ ਮੈਂ ਨਹੀਂ ਜਿਵੇਂ ਸੰਤ ਪੌਲਸ ਕਹਿੰਦੇ ਹਾਂ ਮੈਂ ਨਹੀਂ ਸਗੋਂ ਪ੍ਰਭੂ ਮੇਰੇ ਵਿੱਚ ਹੈ ਲਾਨਤ ਹੈ ਮੇਰੇ 'ਤੇ ਜੇ ਮੈਂ ਉਸ ਪ੍ਰਭੂ ਦੀ ਪ੍ਰਚਾਰ ਨਾ ਕਰਾਂ ਰੂਪਾਂਤਰਣ ਹੈ ਸੰਤ ਪੌਲਸ ਦੇ ਜ਼ਿੰਦਗੀ ਵਿੱਚ ਅਸੀਂ ਵੇਖਦੇ ਹਾਂ ਕਿਵੇਂ ਉਹ ਬਦਲ ਗਏ ਕਿਵੇਂ ਉਹ ਈਸਾਈ ਕੌਮ ਦੇ ਉੱਤੇ ਅਤਿਆਚਾਰ ਕਰਦਾ ਹੁੰਦਾ ਸੀ ਅਤੇ ਰੂਪਾਂਤਰਣ ਆਏ ਖੁਦਾ ਉਹਨਾਂ ਨੂੰ ਆਪਣੇ ਪਿਆਰ ਵਿੱਚ ਆਪਣੇ ਯੋਜਨਾ ਦੇ ਵਿੱਚ ਲਾਏ ਬਦਲ ਜਾਂਦੇ ਹਾਂ ਰੂਪਾਂਤਰਣ ਸਾਡੀ ਪ੍ਰਾਰਥਨਾ ਅੱਜ ਇਹ ਹੈ ਕਿ ਖੁਦਾ ਅੱਜ ਸਾਨੂੰ ਸਾਰਿਆਂ ਨੂੰ ਇਹ ਰੂਪਾਂਤਰਣ ਵਿੱਚ ਸੱਦਾ ਦੇ ਰਿਹਾ ਹੈ ਕਿ ਅਸੀਂ ਵੀ ਦੁਨਿਆਵੀ ਤੌਰ 'ਤੇ ਨਹੀਂ ਸਗੋਂ ਰੂਹਾਨੀ ਤੌਰ 'ਤੇ ਵੀ ਰੂਪਾਂਤਰਣ ਹੋਈਏ ਬਦਲ ਜਾਈਏ ਸਾਡੇ ਸੋਚ ਦੇ ਵਿੱਚ ਸਮਝ ਦੇ ਵਿੱਚ ਸਾਡੇ ਰਹਿਣ ਬਹਿਣ ਵਿੱਚ ਸਾਡੇ ਸੁਭਾਅ ਵਿੱਚ ਬਦਲ ਜਾਈਏ ਅਤੇ ਅਸੀਂ ਪ੍ਰਭੂ ਦੇ ਸੁਣੇ ਜਿਸ ਤੋਂ ਪ੍ਰਭੂ ਆਪ ਕੁਛ ਹੈ ਕਿ ਉਹ ਸਾਡੇ ਲਈ ਆਪਣੇ ਇਕੱਲਾ ਪੁੱਤਰ ਨੂੰ ਭੇਜਿਆ ਹੈ ਅਤੇ ਅੱਜ ਦੇ ਦੂਸਰਾ ਪਾਠ ਜੋ ਅਸੀਂ ਸੁਣਿਆ ਹੈ ਸੰਤ ਪਤਰਸ ਦਾ ਦੂਜਾ ਪੱਤਰ ਉਹਦਾ ਪਹਿਲਾਂ ਬਾਪ ਦੀ 17 ਵਿੱਚ ਵੇਖਿਆ ਹੈ ਪ੍ਰਭੂ ਯੇਸ਼ੂ ਦੇ ਰੂਪਾਂਤਰਣ ਦੇ ਬਾਰੇ ਸਾਰੇ ਅੰਜੀਲ ਦੇ ਅੰਜੀਲਕਾਰ ਸਾਨੂੰ ਸੁਣਾਉਂਦੇ ਨੇ ਅਤੇ ਸੰਤ ਪਤਰਸ ਵੀ ਅਸੀਂ ਉਸ ਸਮੇਂ ਆਪ ਉੱਤੇ ਹਾਜ਼ਰ ਸਾਂ ਜਦੋਂ ਪਰਮੇਸ਼ਵਰ ਪਿਤਾ ਨੇ ਉਸ ਨੂੰ ਆਦਰ ਅਤੇ ਮਹਿਮਾ ਦਿੱਤੀ ਹਲੇਲੂਇਆ 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 ਪਰਮੇਸ਼ਵਰ ਆਪਣੇ ਬੇਟੇ ਨੂੰ ਇੱਜ਼ਤ ਅਤੇ ਆਦਰ ਅਤੇ ਮਹਿਮਾ ਦਿੱਤੀ ਹੈ ਕੀ ਕਹਿ ਕੇ ਕਿਹਾ ਇਹ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖੁਸ਼ ਹਾਂ ਅਤੇ ਇਸ ਦੀ ਸੁਣੋ ਇਹ ਮਹਿਮਾ ਇਹ ਆਦਰ ਇਹ ਇੱਜ਼ਤ ਖੁਦਾ ਬਾਪ ਆਪਣੇ ਬੇਟੇ ਨੂੰ ਦਿੱਤਾ ਹੈ ਇਹ ਕੋਈ ਨਹੀਂ ਦੇ ਸਕਦਾ ਹੈ ਸਾਡੀ ਪ੍ਰਾਰਥਨਾ ਕਰਨਾ ਸਾਡੀ ਆਰਾਧਨਾ ਕਰਨਾ ਪ੍ਰਭੂ ਦੇ ਸੁਭਾਅ ਵਿੱਚ ਵਾਅਦਾ ਨਹੀਂ ਕਰਦੇ ਪ੍ਰਭੂ ਦੇ ਸ਼ਾਨ ਵਿੱਚ ਵਾਅਦਾ ਨਹੀਂ ਲਾਉਂਦੇ
ਸਗੋਂ ਸਾਡੇ ਮਨ ਵਿੱਚ ਬਦਲਾਵਾ ਪਰਿਵਰਤਨ ਹੋ ਜਾਂਦੇ ਆ। ਰੂਪਾਂਤਰਨ ਮੇਰੇ ਵਿੱਚ ਹੈ, ਪ੍ਰਭੂ ਪੂਰਨ ਹੈ। ਸਾਡੀਆਂ ਪ੍ਰਾਰਥਨਾਵਾਂ ਦੇ ਰਾਹੀਂ ਪ੍ਰਭੂ ਹੋਰ ਪੂਰਨ ਨਹੀਂ ਬਣਦੇ, ਸਗੋਂ ਮੇਰੇ ਤਨ ਮਨ ਵਿੱਚ ਪੂਰਨ ਦੇ ਲਈ ਅਸੀਂ ਕੋਸ਼ਿਸ਼ ਕਰਦੇ ਹਾਂ, ਪੂਰਨ ਹੋਣ ਦੇ ਲਈ। ਜਿਵੇਂ ਕਿ ਸੰਤ ਮੱਤੀ ਦੇ ਅੰਜਲ ਵਿੱਚ ਅਸੀਂ ਪੜ੍ਹਦੇ ਹਾਂ ਕਿ ਤੁਸੀਂ ਵੀ ਪੂਰਨ ਬਣੋ ਜਿਸ ਤਰ੍ਹਾਂ ਕਿ ਤੁਹਾਡਾ ਖੁਦਾ ਬਾਪ ਪੂਰਨ ਹੈ। ਇਹ ਇਸ ਸੱਚਾਈ ਨੂੰ ਸੰਤ ਪਤਰਸ ਆਪਣੇ ਪੱਤਰ ਦੇ ਜ਼ਰੀਏ ਸਾਨੂੰ ਸੁਣਾਇਆ ਹੈ। ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖੁਸ਼ ਹਾਂ। ਇਹ ਬਾਣੀ ਅਸੀਂ ਆਗਾਜ਼ ਤੋਂ ਸੁਣੀ ਕਿਉਂਕਿ ਅਸੀਂ ਆਪ ਉਸ ਸਮੇਂ ਪਵਿੱਤਰ ਪਹਾੜ 'ਤੇ ਉਸਦੇ ਨਾਲ ਸਾਂ। ਇਹ ਆਵਾਜ਼ ਸੁਣਨ ਦੇ ਲਈ ਪਵਿੱਤਰ ਪਹਾੜ ਵੱਲ ਜਾਣਾ ਜ਼ਰੂਰੀ ਹੈ ਜਿੱਥੇ ਅਸੀਂ ਬੈਠੇ ਹਾਂ। ਇਹ ਇੱਕ ਪਵਿੱਤਰ ਪਹਾੜ ਹੈ, ਇਹ ਪਹਾੜ ਹੈ ਜਿਸ ਤੋਂ ਪ੍ਰਭੂ ਅੱਜ ਸਾਨੂੰ ਸਿੱਖਿਆ ਦੇ ਰਿਹਾ ਹੈ। ਮਤੀ ਦੇ ਅੰਜਿਲੋ ਦਾ ਪੰਜਵਾਂ ਪਹਾੜੀ ਉਪਦੇਸ਼, ਤਨ ਉਹ ਲੋਕ ਹਨ ਜਿਹੜੇ ਆਪਣੇ ਆਤਮਿਕ ਲੋੜਾਂ ਨੂੰ ਜਾਣਦੇ ਹਨ, ਸੁਰਗ ਦਾ ਰਾਜ ਉਹਨਾਂ ਦਾ ਹੀ ਹੈ। ਪ੍ਰਭੂ ਪਹਾੜੀ ਉਪਦੇਸ਼ ਪਹਾੜ ਤੋਂ ਦਿੱਤੇ ਹਾਂ। ਪ੍ਰਭੂ ਯੇਸੂ ਦੇ ਆਲੇ ਦੁਆਲੇ ਸੁਣਨ ਵਾਲੇ ਬੈਠੇ ਸਨ, ਗਿਰਦ ਬੈਠੇ ਸਨ। ਪਹਾੜੀ ਉਪਦੇਸ਼ ਹੈ, ਪਹਾੜ 'ਤੇ ਹੋਣਾ ਜ਼ਰੂਰੀ ਹੈ ਕਿਉਂਕਿ ਪਹਾੜ ਸਾਰੇ ਲਈ ਉਹ ਜੋ ਰਸਤਾ ਹੈ ਛੋਟਾ ਕਰਵਾਉਂਦੇ ਹਾਂ, ਜੋ ਅੱਜ ਸਾਡੇ ਦੁਨੀਆਂ ਦੇ ਕਾਰਨ, ਦੁਨੀਆਂ ਦੇ ਚੁਣੌਤੀ ਦੇ ਕਾਰਨ ਸਾਨੂੰ ਦੂਰ ਕਰ ਦਿੱਤਾ ਹੈ। ਪਹਾੜ ਉਸ ਰਾਹ ਦੀ ਜਿਹੜਾ ਦੂਰੀ ਹੈ ਉਹ ਕੱਟ ਕਰ ਦਿੰਦੇ ਹਾਂ, ਸਾਨੂੰ ਖੁਦਾ ਦੇ ਨਾਲ ਜੋੜ ਦਿੰਦੇ ਹਾਂ। ਪਹਾੜ ਪਹਾੜ ਵੱਲ ਹੋਈਏ ਅਤੇ ਉੱਥੇ ਅਸੀਂ ਪ੍ਰਭੂ ਦਾ ਦਰਸ਼ਨ ਕਰ ਸਕਣਗੇ, ਰੂਪਾਂਤਰਨ ਹੋ ਜਾਣਗੇ, ਪ੍ਰਭੂ ਨੂੰ ਮੈਂ ਵੇਖਣਗੇ। ਆਓ ਅਸੀਂ ਵੀ ਇਹ ਦੁਨੀਆਂ ਦੇ ਵਿੱਚ ਡੇਰਾ ਬਣਾਉਣ ਦੀ ਕੋਸ਼ਿਸ਼ ਨਾ ਕਰੀਏ। ਅਸੀਂ ਇਹ ਡੇਰਾ ਜਿਹੜਾ ਵਾ ਤੰਬੂ ਦੀ ਤਰ੍ਹਾਂ ਪੁੱਟ ਦਿੱਤਾ ਜਾਵੇਗਾ। ਪੜ੍ਹਦੇ ਹਾਂ ਅਸੀਂ ਪਹਿਲੇ ਕੋਰਿੰਥਸ ਦੇ ਵਿੱਚ, ਇਹ ਜੋ ਡੇਰਾ ਅਸੀਂ ਦੁਨਿਆਵੀ ਤੌਰ 'ਤੇ ਬਣਾਇਆ ਹੈ ਇਹ ਸਭ ਪੁੱਟ ਦਿੱਤਾ ਜਾਵੇਗਾ। ਇਹ ਇੱਕ ਘਰ ਹੈ ਜਿੱਥੇ ਅਸੀਂ ਸਾਰੇ ਵਸਣਾ ਹੈ, ਜੋ ਇਹ ਦੁਨੀਆਂ ਵਿੱਚ ਕੋਈ ਨਾਸ਼ ਨਹੀਂ ਕਰ ਸਕਦਾ ਹੈ, ਜਿਸ ਦੇ ਲਈ ਤੁਸੀਂ ਮੈਂ ਹਰ ਰੋਜ਼ ਮਿਹਨਤ ਕਰਦੇ ਹਾਂ। ਖੁਦਾ ਬਾਪ ਦੇ ਘਰ ਵਿੱਚ ਰੂਪਾਂਤਰਨ, ਜਿੱਥੇ ਅਸੀਂ ਹਰ ਰੋਜ਼ ਮਿਲ ਕੇ ਖੁਦਾ ਦੇ ਉਸਤਤ ਕਰਨ ਦੇ ਲਈ, ਖੁਦਾ ਨੂੰ ਇੱਜ਼ਤ ਕਰਨ ਦੇ ਲਈ, ਖੁਦਾ ਦੀ ਆਦਰ ਕਰਨ ਦੇ ਲਈ ਖੁਦਾ ਸਾਨੂੰ ਯੋਗ ਬਣਾਵੇਗਾ। ਅਸੀਂ ਵਿੱਚ ਮੇਰੇ ਪਿਆਰੇ ਪ੍ਰਾਉਤ ਭੈਣੋ, ਮੈਂ ਸਮਝਦੇ ਹਾਂ ਕਿ ਖੁਦਾ ਬਾਪ ਅੱਜ ਸਾਡੇ ਦਿਲਾਂ ਵਿੱਚ ਇਸ ਰੂਪਾਂਤਰਨ ਅਤੇ ਖੁਦਾ ਬਾਪ ਦੀ ਇਹ ਜੋ ਸਿੱਖਿਆ ਹੈ ਜੋ ਅਲਤਾਰ 'ਤੇ ਲਿਖਿਆ ਹੋਇਆ ਹੈ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖੁਸ਼ ਹਾਂ, ਇਸ ਦੀ ਸੁਣੋ। ਇਸ ਤੋਂ ਅਸੀਂ ਵੀ ਪ੍ਰੇਰਣਾ ਪਾਈਏ। ਹਰ ਮਾਂ ਬਾਪ ਮੈਂ ਸਮਝਦੇ ਹਾਂ ਅੱਜ ਖੁਦਾ ਦੀ ਇਸ ਏਤਾਂ ਤੋਂ, ਖੁਦਾ ਦੇ ਇਸ ਵਚਨ ਤੋਂ ਆਪਣੇ ਬੱਚਿਆਂ ਨੂੰ ਹੌਸਲਾ ਦਿਵੋ, ਖੁਸ਼ ਹੋਵੋ ਤੁਹਾਡੇ ਸੰਦਾਨਾਂ ਤੋਂ। ਅੱਜ ਕੱਲ੍ਹ ਅਸੀਂ ਵੇਖਦੇ ਹਾਂ ਮਾਂ ਬਾਪ ਦੇ ਕਈ ਗੱਲਾਂ 'ਤੇ ਬੱਚੇ ਨਿਰਾਸ਼ ਹੋ ਜਾਂਦੇ ਹਾਂ, ਖੁਸ਼ ਨਹੀਂ ਹੁੰਦੇ ਮਾਂ ਬਾਪ। ਬੱਚੇ ਬਹੁਤ ਕਾਫੀ ਮਿਹਨਤ ਕਰਨ ਵਾਲੇ ਹੁੰਦੇ ਹਨ, ਕਈ ਉਹ ਵੀ ਹੁੰਦੇ ਹਨ ਜਿਹੜੇ ਮਿਹਨਤ ਵੀ ਨਹੀਂ ਕਰਨ ਵਾਲੇ ਵੀ ਹੁੰਦੇ ਹਨ। ਫਿਰ ਵੀ ਇਹ ਦੁਨੀਆਂ ਦੇ ਵਿੱਚ ਬੱਚਿਆਂ ਨੂੰ ਹੌਸਲਾ ਵਧਾਈ ਦੇਣਾ, ਖੁਦਾ ਦੀ ਯੋਜਨਾ ਨੂੰ ਸਮਝਾਉਣ ਵਿੱਚ ਤੁਸੀਂ ਵੀ ਉਹਨਾਂ ਦੇ ਸਾਥ ਦੇਣਾ ਜ਼ਰੂਰੀ ਹੈ, ਉਹਨਾਂ ਵਿੱਚ ਰੂਪਾਂਤਰਨ ਲਾਉਣ ਲਈ, ਰੂਪਾਂਤਰਨ ਲਾਉਣ ਲਈ ਉਹਨਾਂ ਨਾਲ ਤੁਰਨਾ, ਉਹਨਾਂ ਨੂੰ ਰਾਹ ਦਿਖਾਉਣਾ, ਇਹ ਜ਼ਰੂਰੀ ਹੈ। ਹਰ ਮਾਂ ਬਾਪ ਦੀ ਜ਼ਰੂਰੀ ਹੈ ਕਿ ਬੇਟਾ ਇਸ ਰਾਹ 'ਤੇ ਜਾਣਾ ਵੇ, ਜਿਹੜੇ ਤੁਸੀਂ ਰਾਹ ਚੁਣਿਆ ਹੈ ਉਹ ਗਲਤ ਹੈ, ਇਹ ਬੁਰਾਈ ਦਾ ਰਸਤਾ ਹੈ। ਅਤੇ ਹਰ ਮਾਂ ਬਾਪ ਖੁਸ਼ ਹੋਵੋ ਕਿ ਮੇਰਾ ਪਿਆਰਾ ਪੁੱਤਰ ਜਾਂ ਪੁੱਤਰੀ ਹੈ, ਇਸ ਦੀ ਸੁਣੋ। ਦੂਜਿਆਂ ਦੇ ਲਈ ਤੁਸੀਂ ਵੀ ਕਹਿ ਸਕਦੇ ਹੋ, ਮਾਂ ਬਾਪ ਧੰਨ ਹੋਵੋ ਜਿਨ੍ਹਾਂ ਦੇ ਲਈ ਤੁਸੀਂ ਇਹ ਕਹਿ ਸਕਦੇ ਹੋ ਕਿ ਮੇਰਾ ਪਿਆਰਾ ਪੁੱਤਰ ਹੈ ਜਾਂ ਪੁੱਤਰੀ ਹੈ ਜਿਸ ਤੋਂ ਮੈਂ ਖੁਸ਼ ਹਾਂ। ਸਫਲਤਾ ਵਿੱਚ ਪਹੁੰਚਣ ਦੇ ਲਈ ਪ੍ਰਭੂ ਦੇ ਰਾਹ ਨੂੰ ਲੱਭਦੇ ਹਾਂ। ਪ੍ਰਭੂ ਆਪ ਕਿਹਾ ਮੈਂ ਹੀ ਰਾਹ ਹੈ, ਮੈਂ ਸੱਚਾਈ ਹੈ, ਮੇਰੀ ਜੀਵਨ ਹੈ। ਤੁਸੀਂ ਅੱਜ ਆਪਣੇ ਬੱਚਿਆਂ ਨੂੰ ਲਿਆਏ, ਨਾਲ ਲਿਆਏ, ਮੈਂ ਸਮਝਦੇ ਹਾਂ ਇਹ ਰੂਪਾਂਤਰਨ ਹੈ ਤੁਹਾਡੇ ਬੱਚੇ ਦੇ ਲਈ। ਕਾਰੋਬਾਰ ਦੇ ਲਈ ਬਦਲ ਜਾਂਦੇ, ਤੁਹਾਡਾ ਸੁਪਨਾ ਬਦਲ ਜਾਂਦੇ, ਤੁਹਾਡੇ ਹਨੇਰਾ ਸਭ ਕੁਛ ਬਦਲ ਜਾਂਦੇ ਜਦੋਂ ਪ੍ਰਭੂ ਤੁਹਾਡੇ ਨਾਲ ਹੈ। ਇਹੋ ਜਿਹੇ ਇੱਕ ਰੂਪਾਂਤਰਨ, ਤੇਜਸਵੀ ਰੂਪ ਸਾਡੇ ਦੁਨੀਆਂ ਦੇ ਸਾਹਮਣੇ ਪੇਸ਼ ਕਰਨ ਦੇ ਲਈ ਆਓ ਅਸੀਂ ਕੋਸ਼ਿਸ਼ ਕਰੀਏ। ਅੱਜ ਅਜਿਹਾ ਕੋਈ ਪਹਾੜ ਨਹੀਂ ਜਿੱਥੋਂ ਪ੍ਰਭੂ ਯੇਸੂ ਸਾਨੂੰ ਤੇਜਸਵੀ ਸਰੂਪ ਦੇਖਣਗੇ, ਸਗੋਂ ਅੱਜ ਉਹਦੇ ਲਈ ਅਸੀਂ ਹਾਂ ਰੂਪਾਂਤਰਨ ਹੋ ਕੇ ਪ੍ਰਭੂ ਦੇ ਲਈ ਕੰਮ ਕਰਨ ਵਾਲੇ। ਅੰਜੀਲਕਰਨ ਕਰਨ ਲਈ ਪ੍ਰਭੂ ਤੁਹਾਨੂੰ ਮੈਨੂੰ ਚੁਣਿਆ ਹੈ, ਇੱਕ ਅਜਿਹਾ ਕੌਮ ਨੂੰ ਤਿਆਰ ਕੀਤਾ ਹੈ। ਇਹ ਕਿਸੇ ਫਾਦਰ ਜਾਂ ਮੁਨਾਦ ਭਰਾਵਾਂ ਜਾਂ ਕਮਿਸ਼ਨਾਂ ਦਾ ਕੰਮ ਨਹੀਂ, ਸਗੋਂ ਹਰੇਕ ਵਿਅਕਤੀ ਦਾ ਰੂਪਾਂਤਰਨ, ਨਿੱਜੀ ਰੂਪਾਂਤਰਨ ਦਾ ਇੱਕ ਲੋੜ ਹੈ। ਲੋੜ ਅੱਜ ਬਹੁਤ ਨੇੜੇ ਹਾਂ, ਨਾ ਕਿ ਅਸੀਂ ਰਹੀਏ ਕਿ ਅਸੀਂ ਇੱਥੇ ਰਹਿਣਾ ਪਸੰਦ ਕਰਦੇ ਹਾਂ ਔਰ ਇੱਥੇ ਹੀ ਅਸੀਂ
ਡਰਾ ਬਣੀ। ਪ੍ਰਭੂ ਨੇ ਕਿਹਾ ਦੁਨੀਆਂ ਦੇ ਕੋਨੇ ਕੋਨੇ ਤੱਕ ਜਾਵੋ। ਪ੍ਰਭੂ ਨੇ ਆਪਣੇ ਆਖਰੀ ਆਗਿਆ ਵਿੱਚ ਚੇਲਿਆਂ ਨੂੰ ਕਿਹਾ ਹੈ ਕਿ ਇਸ ਸੰਸਾਰ ਦੇ ਦੁਨੀਆਂ ਦੇ ਕੋਨੇ ਕੋਨੇ ਤੱਕ ਜਾਵੋ, ਮੈਂ ਤੁਹਾਡੇ ਨਾਲ ਇਸ ਦੁਨੀਆਂ ਦੇ ਅੰਤ ਤੱਕ ਹਾਂ। ਕਿਸੇ ਜਗ੍ਹਾ ਠਹਿਰਨ ਲਈ ਖੁਦਾ ਨੇ ਨਹੀਂ ਬੋਲਿਆ ਹੈ। ਇੱਕ ਘਰ ਜਾਵੋ, ਸ਼ਾਂਤੀ ਸਲਾਮਤ ਲਈ ਦੁਆ ਕਰੋ, ਦੂਜੇ ਘਰ ਜਾਵੋ। ਪ੍ਰਭੂ ਨੇ ਘਰ ਘਰ ਜਾਣ ਲਈ ਕੱਲਿਆ ਹੈ, ਰੂਪਾਂਤਰਣ ਦੇ ਲਈ। ਤੁਹਾਡਾ ਆਪਣੇ ਘਰ ਜਾਣਾ, ਗੁਆਂਢੀ ਦੇ ਘਰ ਜਾਣਾ, ਪਿਆਰ ਮੁਹੱਬਤ ਵਿੱਚ ਮਿਲਣਾ ਦੂਜਿਆਂ ਦੇ ਲਈ ਰੂਪਾਂਤਰਣ ਦਾ ਕਾਰਨ ਬਣ ਜਾਂਦੇ ਹਾਂ। ਨਾ ਜਾਣੇ ਅਸੀਂ ਇਸ ਨੂੰ ਵਿਸ਼ਵਾਸ ਕਰਦੇ ਹਾਂ ਜਾਂ ਨਹੀਂ। ਮੇਰਾ ਜਾਣਾ, ਮੇਰੇ ਮਿਲਣਾ, ਮੇਰੇ ਇੱਜ਼ਤ ਕਰਨਾ, ਮੇਰੇ ਮਹਿਮਾ ਦੇਣਾ ਦੂਸਰਿਆਂ ਨੂੰ, ਇੱਕ ਦੂਸਰੇ ਦੇ ਲਈ ਰੂਪਾਂਤਰਣ ਦਾ ਕਾਰਨ ਬਣ ਜਾਂਦੇ ਹਾਂ। ਪਿਆਰਿਓ, ਆਓ ਅਸੀਂ ਅੱਜ ਦੇ ਇਸ ਪਿਆਰ ਦੀ ਕੁਰਬਾਨੀ ਦੇ ਵਿੱਚ ਪ੍ਰਾਰਥਨਾ ਕਰੀਏ ਕਿ ਖੁਦਾ ਬਾਪ, ਜਿਸ ਨੇ ਆਪਣੇ ਰੂਪ ਤਾਰਿਆ ਹੈ, ਇਨਸਾਨ ਦਾ ਰੂਪ ਤਾਰਿਆ ਹੈ, ਦਾਸ ਬਣਿਆ ਹੈ, ਰੂਪਾਂਤਰਣ ਬਹੁਤ ਅਜਿਹਾ ਰੂਪਾਂਤਰਣ ਹੈ ਜੋ ਅਸੀਂ ਸਮਝ ਨਹੀਂ ਸਕਦਾ ਹੈ, ਸਾਡੇ ਸਮਝ ਤੋਂ ਪਰੇ ਹਾਂ। ਉਹ ਕਿਹੋ ਜਿਹੇ ਇੱਕ ਖੁਦਾ ਹੈ ਜੋ ਇਨਸਾਨ ਬਣ ਕੇ ਆਇਆ ਹੈ। ਇਸ ਤੋਂ ਵੱਧ ਕੇ ਕੋਈ ਰੂਪਾਂਤਰਣ ਨਹੀਂ ਹੋ ਸਕਦਾ ਹੈ ਜੋ ਖੁਦਾ ਮੈਨੂੰ ਮਿਲਣ ਵਾਸਤੇ ਇਸ ਦੁਨੀਆਂ ਵਿੱਚ ਮੇਰੇ ਤਰ੍ਹਾਂ ਆਏ, ਮੇਰੇ ਕਮਜ਼ੋਰੀ ਵਿੱਚ ਮੇਰੇ ਸਾਥ ਦਿੱਤੇ, ਮੇਰੇ ਕਾਰੋਬਾਰ ਨੂੰ ਵਧਾਉਣ ਵਿੱਚ ਮੇਰੀ ਮਦਦ ਕੀਤੀ ਹੈ, ਮੇਰੇ ਜੀਵਨ ਸਾਥੀ ਦੇ ਵਿੱਚ, ਮੇਰੇ ਬੱਚਿਆਂ ਦੇ ਵਿੱਚ, ਮੇਰੇ ਬਚਪਨ ਦੇ ਵਿੱਚ ਮੈਨੂੰ ਅਜਿਹਾ ਰਾਹ ਵਿਖਾਇਆ ਹੈ। ਇਹੋ ਜਿਹੇ ਇੱਕ ਰੂਪਾਂਤਰਣ ਦੇ ਲਈ ਆਓ ਅਸੀਂ ਅੱਜ ਦੇ ਪ੍ਰਾਰਥਨਾ ਵਿੱਚ ਦੁਆ ਮੰਗੀਏ। ਬਾਪ, ਬੇਟੇ ਅਤੇ ਰੂਪ ਪਾਕ ਦੇ ਨਾਮ 'ਤੇ ਆਮੇਨ।